ਖਾਣੇ ਨੇ ਦੋ ਨਬੀ ਮਿਲ ਕੇ ਅਮੀਰ ਕਰਨਗੇ, ਉਸ ਨੂੰ ਅਮੀਰਾਂ ਮੋਮਿਨੀ ਨਾ ਦੇਣ। ਹੁਣ ਤੁਸੀਂ ਆਖੋ ਜੇ ਪੰਜਾਬੀ ਆਖੋ ਪੰਜਾਬੀ ਦੀ ਵੀ ਫਰਮਾਇਸ਼ ਹੈ, ਜੇ ਉਰਦੂ ਆਖੇ ਤਾਂ ਉਰਦੂ ਦਾ ਸੁਣਾ ਦੇਣਾ, ਠੀਕ ਹੈ, ਦੋਵੇਂ ਸੁਣਾ ਦੇਣਾ। ਇੱਕ ਸਲਵਾਰ ਪੜ੍ਹਦੇ ਸਾਰੇ ਮਿਲ ਕੇ, ਹਾਕਮ ਨੇ ਮੇਰੇ ਮੌਲਾ ਦੇ ਨਾਲ ਗੁਫ਼ਤਗੂ ਕੀਤੀ, ਚੇਲੇ ਵੀ ਤਿਆਰ ਕੀਤੇ, ਉਹਨਾਂ ਨੇ ਗੁਫ਼ਤਗੂ ਕੀਤੀ, ਮੌਲਾ ਇਹਨਾਂ ਦੇ ਪਾਸੇ ਬਿਠਾ, ਹਾਕਮ ਦੇ ਪਾਸੇ ਬਿਠਾ, ਹਾਕਮ ਦੇ ਪਾਸੇ ਲੈ ਕੇ ਮੈਂ ਮੌਲਾ ਨੇ ਤੂੰ ਕਹਾ ਹਮ ਕਹਾ, ਸਾਡੀ ਬੁਲੰਦੀ ਕਿਆ ਹੈ, ਸਾਡੀ ਸ਼ਾਨ ਕਿਆ ਹੈ, ਇਹ ਅੱਖ ਲੱਗੇ ਕਿਆ ਸ਼ਾਨ ਹੈ, ਮੇਰੇ ਮੌਲਾ ਇਸ ਦੇ ਪਾਸੇ ਨੇ ਕਿਆ ਦੇਣੇ ਚਾਂਦ ਕਮਲੀ ਵਾਲਾ ਵੀ ਸਾਡੇ ਵਰਗੇ ਆਏ, ਜਿਹੜਾ ਕਮਲੀ ਵਾਲਿਆਂ ਨੂੰ ਆਪਣੇ ਵਰਗੇ ਕਹਿੰਦਾ ਤੇ ਪੁੱਤਰਾਂ ਨੂੰ ਤਾਂ ਫਿਰ ਕੁਛ ਵੀ ਨੀ ਸਮਝ ਆਉਣਾ ਵਾਲਾ, ਅੰਦਰ ਸਾਡੇ ਵਾਲ ਕੀ ਇਹ ਆਦਰ ਸਮਾਗਮਾਂ ਵਾਲਾ ਇਸ ਦੇ ਪਾਸੇ ਲੈ ਕੇ ਆਦਨ ਆਮ ਦਨ ਮਸਾ, ਇੱਕ ਐਸਾ ਅਮਲ ਹੈ, ਇੱਕ ਐਸਾ ਕੰਮ ਹੈ, ਤੁਸੀਂ ਨਾ ਕਰੋ ਤੇ ਕਿਆ ਬਣ ਜਾਓ, ਅਸੀਂ ਨਾ ਕਰੀਏ ਤੇ ਕਿਆ ਬਣੀ, ਇਹ ਆਵਾਜ਼ ਦੇ ਕਿਹੜਾ ਅਮਲ ਹੈ, ਮੇਰਾ
ਹਸਨ ਇਸੇ ਪਾਸੇ ਰਹਿ ਕੇ ਆਦੇ ਨੇ ਤੁਮ ਜੀ ਇਸ ਨੂੰ ਮੈਂ ਪੰਜਾਬੀ ਸੁਣਾ ਦੇਣਾ।